ਆ ਪੈਸੇ ਮੈਨੂੰ ਲਖਾ ਦੇ ਜਿਨਾ ਜਿਨਾ ਨਾਲ ਰੋਟੀ ਗਈ ਹੋਈ ਆ ਫਿਰ ਚੇਤਾ ਭੁੱਲ ਜਾਂਦਾ ਹੁੰਦਾ ਫਿਰ ਮੈਂ ਜਾਣਾ ਵੀ ਹੈਗਾ ਕੰਮ ਆ ਮੈਨੂੰ ਅੱਜ ਇਹਦੇ ਆ ਕਿੰਨੇ ਪੈਸੇ ਆ ਯਾਸਰ ਦੇ ਕਿੰਨੇ ਪੈਸੇ ਯਾਸਰ ਆ ਰੁਪਈਆ 1700 ਆ ਜੀ 1700 ਰੁਪਈਆ ਤੇ ਜਿਹੜੀ ਰੋਟੀ ਅੱਜ ਗਈ ਉਹਦੇ ਹਾਂਜੀ ਅੱਛਾ ਚਲੋ ਉਹ ਆਪਣਾ ਆਲੂ ਮਾਲੇ ਨਹੀਂ ਗੇ ਹਲ ਹਮਰਾਲੇ ਆਹੋ ਉਹਨਾਂ ਦੇ ਕੋਲ ਅੱਜ ਬਿੱਲ ਉਹਨਾਂ ਦਾ ਆ ਜਾਣਾ ਅੱਜ ਚਲੋ ਠੀਕ ਆ ਉਹਨਾਂ ਨੂੰ ਕਹਾਂ ਕਰੋ ਕਿ ਸਾਨੂੰ ਜ਼ਿੰਮੇਵਾਰ ਦੀ ਜ਼ਿੰਮੇਵਾਰੀ ਕਲੀਅਰ ਕਰਿਆ ਕਰੋ ਕਲੀਅਰ ਹੋ ਗਈ ਹੈਂ ਓ ਆ ਜਿਹੜੇ ਕੋ ਨਵੇਂ ਕਾਰੀਗਰ ਆਏ ਨਾ ਉਹਨਾਂ ਦਾ ਖਾਤਾ ਲੱਗਾ ਹੈ ਲਖਾ ਇਹਨਾਂ ਦੇ ਕੀ ਕੀ ਇਹਨਾਂ ਦੀ ਕਿੰਨੇ ਦਿਨ ਹੋ ਗਏ ਆ ਲੈ ਸਾਰੇ ਆ ਜੜਾ ਅੱਛਾ ਠੀਕ ਆ ਇਹਦੇ ਆ ਰਮਜ਼ਾਨ ਦੇ ਵੀ ਹੋ ਗਏ ਹਾਂਜੀ ਉਹ ਮੁੰਡਾ ਜਿਹੜਾ ਛੋਟਾ ਰੱਖਿਆ ਸੀਗਾ ਉਹਦੇ ਪੈਸੇ ਕਿੰਨੀ ਦਿਹਾੜੀ ਲਾਉਣੀ ਉਹਦੀ ਹੁਣ ਉਹਨੂੰ ਡੇਲੀ ਦਾ ਰੁਪਈਆ 500 ਦੇਈ ਜਾਓ 500 ਰੁਪਿਆ ਆ ਤਿੰਨ ਟਾਈਮ ਦੀ ਰੋਟੀ ਖਾਈ ਜਾਵੇ ਸੋਣਾ ਵੀ ਉਹਨੇ ਰਹਿਣਾ ਵੀ ਇੱਥੇ ਹੀ ਚੱਲ ਕੋਈ ਨਹੀਂ ਠੀਕ ਆ ਇਹ ਗੱਲ ਤੇਰੀ ਸਹੀ ਆ ਚਲੋ ਅੱਲਾ ਖੈਰ ਕਰੇ ਓ ਅੱਲਾ ਬੇਜ ਜੀ ਕਿੱਧਰ ਆ ਗਈ ਐ ਅੱਛਾ ਇਦਾਂ ਤਰਫ ਨਾ ਤੁਸੀਂ ਹੈ ਨਾ ਮੈਨੂੰ ਅੱਜ ਦੀ ਛੁੱਟੀ ਦਿਓ ਕਿੱਧਰ ਸਾਡੇ ਫੌਤਗੀ ਹੋ ਗਈ ਐ ਕਦੋਂ ਹੈ ਕਿਹੜੀ ਫੌਤਗੀ ਹੋ ਗਈ ਨਹੀਂ ਮੇਰੇ ਹੋ ਗਈ ਫੌਤਗੀ ਮੈਨੂੰ ਘਰ ਦੇ ਨਾਲ ਸਵੇਰੇ ਕਿਹਾ ਵੀ ਸੀਗਾ ਤੇ ਪਰ ਇਦਾਂ ਆ ਗੱਲ ਸੁਣ ਤੇ ਔਰ ਮੇਰੀ ਗੱਲ ਤੇ ਸੁਣ ਲੈ ਤੂੰ ਓਏ ਯਾਰ ਇਹਦੇ ਨਾਲ ਮੇਰੀ ਨਹੀਂ ਬਣਨੀ ਤੁਹਾਡੀ ਮਿਹਰਬਾਨੀ ਆ ਓਏ ਇਹ ਕਿੱਥੇ ਮੇਰੇ ਨਾਲ ਨਾ ਅਜੀਬ ਜਿਹੇ ਪੰਗੇ ਲੈਂਦਾ ਰਹਿੰਦਾ ਏ ਇਹ ਇਹਦਾ ਕੁੱਤਖਾਨਾ ਹੀ ਇਹ ਆ ਕੀ ਪੱਕਾ ਕਿਉਂ ਪਕਾਇਆ ਸ਼ੋਰੇ ਨਾ ਦੇ ਦੇ ਇੰਜ ਕਰਦੇ ਉਹ ਯਾਰ ਅਸੀਂ ਹੋਟਲ ਦੇ ਮਾਲਕ ਆ ਅਸੀਂ ਹੁਣ ਗਾਕਾਂ ਕੋਲ ਡਰੀ ਜਾਈਏ ਉਹ ਭਾਈ ਮੈਂ ਇਹਦੇ ਸਾਹਮਣੇ ਮੇਰੀ ਬੱਤੀ ਗੋਲ ਹੋ ਜਾਂਦੀ ਇਹਨੂੰ ਆ ਤੇਰਾ ਮੇਰੀ ਗੱਲ ਸੁਣ ਤੂੰ ਬੈ ਇੱਥੇ ਤੂੰ ਕੁਝ ਵੀ ਨਹੀਂ ਹੁੰਦਾ ਇਹ ਕਿਹੜੀ ਗੱਲ ਆ ਉਹ ਯਾਰ ਵੇਖ ਲੈ ਫੇਰ ਸਿੱਧਾ ਇਹਨੂੰ ਆਉਂਦੇ ਆ ਮੈਂ ਉਹ ਯਾਰ ਕੁਝ ਨਹੀਂ ਹੁੰਦਾ ਖੈਰ ਕਰ ਲਾਂਗੇ ਜਿਹੜੀ ਕੋਈ ਗੱਲ ਹੋ ਗਈ ਬਹਿ ਜਾ ਇੱਥੇ RAMਨਾ ਤੂੰ ਆਹ ਆਈ ਤਾਂ ਧੁੱਪ ਨਿਕਲੀ ਹੈ ਤੇ ਤੂੰ ਤੌਲੀਏ ਸੁਕੜੇ ਪਾਉਣੇ ਆ ਧੁੱਪ ਨਿਕਲੀ ਹੈ ਸੂਰਜ ਅੱਗੇ ਕੋਈ ਕੱਪੜਾ ਟੰਗ ਦੇ ਧੁੱਪ ਨਿਕਲੀ ਆ ਨਾ ਗੁੱਲ ਲੈਣਾ ਨਾ ਦੇਣਾ ਬਹੁਤਾ ਮੂੰਹ ਨਾ ਲਾਇਆ ਇਹਨੂੰ ਆ ਬੱਸ ਦਫਾ ਕਰ ਤੂੰ ਇਹਦੇ ਨਾਲ ਇਹਦੇ ਨਾਲ ਗਾਲੀ ਨਾ ਕਰਨੀ ਏਦਾਂ ਤੂੰ ਠੀਕ ਪੱਕਾ ਜੀ ਹੈ ਹੈ ਕੀ ਕੀ ਪੱਕਾ ਓ ਫੇਰ ਹਲ ਤੇ ਤੰਦੂਰ ਪੱਕਾ ਹੈ ਟੱਕਰ ਲਵਾਵਾਂ ਤੇਰੀ ਕੀ ਪੱਕਾ ਹੈ ਕਦਫਾ ਕਰ ਯਾਰ ਤੂੰ ਇਹਨੂੰ ਇਹ ਦੇ ਇਹਦੀ ਗੱਲ ਦਾ ਜਵਾਬ ਹੀ ਨਾ ਦੇ ਤੂੰ ਛੱਡ ਸਾਲਨ ਨੂੰ ਜਿਹੜੇ ਵੀ ਸ਼ਾਇ ਕੋਈ ਬੰਦਾ ਆਰਡਰ ਦਿੰਦਾ ਉਹਨੂੰ ਬਾਅਦ ਚ ਕੜਾਈ ਚ ਪਾ ਕੇ ਵਿੱਚ ਘਿਓ ਅਦਰਕ ਲਸਣ ਹਰੀ ਮਿਰਚ ਹਾਂਜੀ ਪਾ ਕੇ ਤੇ ਫਰਾਈ ਕਰਕੇ ਦਿੰਨੇ ਸਾਰਾ ਕੁਝ ਇਦਾ ਹੀ ਹੁੰਦਾ ਇਹੀ ਹੋਟਲਾਂ ਦੀ ਰੁਟੀਨ ਆ ਤੂੰ ਆਪਣਾ ਮੌਕਫ ਬਿਆਨ ਕਰ ਤੂੰ ਕਿੱਧਰ ਆ ਗਿਆ ਇਨੇ ਦਿਨਾਂ ਬਾਅਦ ਫਿਰ ਨਾ ਮੇਰਾ ਹੀ ਸਿਆਪਾ ਕੋਈ ਗੱਲ ਆ ਤੈਨੂੰ ਕੋਈ ਕੰਮ ਆ ਸਾਡੇ ਨਾਲ ਜਦੋਂ ਤੇਰਾ ਦਿਲ ਕਰਦਾ ਮੂੰਹ ਚੋੱਕ ਕੇ ਤੂੰ ਐਨੂੰ ਆ ਜਾਣਾ ਕਮਾਲ ਹੋ ਗਈ ਯਾਰ ਤੇਰੇ ਵਾਲੀ ਜਿਹੜੇ ਬਾਕੀ ਹੁੰਦੇ ਆ ਉਹ ਮੂੰਹ ਘਰ ਰੱਖ ਕੇ ਹੁੰਦੇ ਮੂੰਹ ਘਰ ਘਰ ਰੱਖ ਕੇ ਕੀ ਮਤਲਬ ਸਾਰੇ ਨਹੀਂ ਹੁੰਦੇ ਸਾਰਿਆਂ ਦਾ ਮੂੰਹ ਚੋਕਾ ਹੀ ਹੋਣਾ ਹੁੰਦਾ ਨਹੀਂ ਮੂੰਹ ਚੋਕਾ ਕੀ ਬਾਕੀਆਂ ਦਾ ਮੂੰਹ ਖੁੱਲ ਜਾਂਦਾ ਵਾ ਨਾਲੋਂ ਜਿਹੜਾ ਅਗਲੇ ਘਰ ਰੱਖ ਕੇ ਆ ਜਣ ਪਿੱਛੋਂ ਮੂੰਹ ਸਿੱਟ ਕੇ ਆਉਣਾ ਆ ਮੰਜੇ ਦੇ ਲਾਗੇ ਆ ਕੇ ਤੈਨੂੰ ਪਤਾ ਨਹੀਂ ਕੀ ਮੌਤ ਪੈ ਜਾਂਦੀ ਤੂੰ ਮੂੰਹ ਚੱਕ ਲੈਣਾ ਦੇਖੋ ਤੁਹਾਡੀ ਮੇਰੀ ਹੈਗੀ ਦੋਸਤੀ ਕੇਸ ਇਹ ਤੈਨੂੰ ਕਿਹਨੇ ਕਿਹਾ ਤੇਰੀ ਸਾਡੀ ਦੋਸਤੀ ਹੈ ਕਿਹੜੀ ਦੋਸਤੀ ਇਹ ਕਿਹੜੇ ਚਵਲ ਨੇ ਤੈਨੂੰ ਕਿਹਾ ਕਿ ਤੇਰੀ ਸਾਡੀ ਦੋਸਤੀ ਹੈ ਇਹ ਗਲਤ ਫਹਮੀ ਦੇਣ ਚੋ ਕੱਢ ਦੇ ਤੇਰੀ ਸਾਡੀ ਕਾਦੀ ਦੋਸਤੀ ਨਾ ਤੇਰਾ ਸਾਡਾ ਪਿੰਡ ਇੱਕ ਨਾ ਕੋ ਸਾਡੀ ਮਹੱਲੇਦਾਰੀ ਪਤਾ ਨਹੀਂ ਆਵਾਗ ਆਉਣ ਜਿਆ ਤੂੰ ਬੰਦਾ ਵਾ ਜਦੋਂ ਤੇਰਾ ਦਿਲ ਕਰਦਾ ਮੂੰਹ ਚੋਕੇ ਆ ਜਾਂਦਾ ਤੂੰ ਮੈਂ ਕਿੰਨੀ ਵਾਰੀ ਇੱਥੇ ਆਇਆ ਤੈਨੂੰ ਤੂੰ ਹਟਦਾ ਹੀ ਨਹੀਂ ਤੈਨੂੰ ਵਹੀ ਵਾਰੀ ਆਖਿਆ ਵੀ ਤੂੰ ਇੱਥੇ ਨਾ ਆਇਆ ਕਰ ਅਸੀਂ ਕਦੀ ਤੇਰੇ ਕੋਲ ਆਏ ਹਾਂ ਦੱਸ ਅਸੀਂ ਕਦੀ ਕਿਸੇ ਨੂੰ ਕਿਹਾ ਹੋਵੇ ਕਿ ਯਾਰ ਉਹ ਬੰਦਾ ਜਿਹੜਾ ਰਾਣਾ ਜਾਜ਼ ਆ ਉਹਦੇ ਕੋਲ ਅਸੀਂ ਜਾਣਾ ਅਸੀਂ ਕਦੀ ਕਿਸੇ ਕਦੀ ਕਿਸੇ ਨੇ ਤੈਨੂੰ ਕਿਹਾ ਕਿ ਯਾਰ ਕਿਸੇ ਬੰਦੇ ਨੇ ਪੁੱਛਿਆ ਤੇਰਾ ਕਿ ਤੈਨੂੰ ਕੋਲ ਆ ਆਓ ਯਾਰ ਪੰਜ ਬਿਸਮਿਲ੍ਲਾ ਯਾਰ ਹੈ ਉਹ ਪੰਜ ਬਿਸਮਿਲ੍ਲਾ ਆ ਪਹਿਲੇ ਨੇ ਤੂੰ ਇੱਥੇ ਹੀ ਘਾਟਾ ਪਾ ਲਿਆ ਪੰਜ ਬਿਸਮਿਲ੍ਲਾ ਲੋਕੀ ਕਹਿੰਦੇ ਨੇ ਬਿਸਮਿਲ੍ਲਾ ਆਓ ਸੱਤ ਬਿਸਮਿਲ੍ਲਾ ਤਰ ਲਿਆ ਕਰਾਂਗੇ ਤੂੰ ਵੇਖ ਲੈ ਗੱਲ ਕਰਦੇ ਆ ਸਾਰੀ ਤੂੰ ਦੋ ਬਿਸਮਿਲ੍ਲਾ ਹੀ ਖਾ ਗਿਆਂ ਵਿੱਚੋਂ ਸੱਤ ਬਿਸਮਿਲ੍ਲਾ ਹੁੰਦਾ ਜਾਂ ਪੰਜ ਬਿਸਮਿਲ੍ਲਾ ਓਏ ਪੰਜ ਵਕਤ ਦੇ ਆ ਕੁਝ ਲੱਗਦੇ ਆ ਬੋ ਚਿਲਾਕ ਬੰਦਾ ਤੁਸੀਂ ਪੰਜ ਬਿਸਮਿਲ੍ਲਾ ਲੈ ਚਲ ਦਫਾ ਕਰ ਯਾਰ ਦਾਲ ਪੱਕੀ ਹੈਂ ਦਾਲ ਕਿਉਂ ਕੀ ਗੱਲ ਆ ਖੋਤਾ ਵਾਂ ਤੂੰ ਯਾਰ ਤੂੰ ਆਪਰਾ ਹੋਟਲਾ ਤੇ ਦਾਲਾਂ ਹੀ ਪੱਕਦੀਆਂ ਮੁਰਗਾ ਪੱਕਦਾ ਬੱਕਰਾ ਪੱਕਦਾ ਵੱਡਾ ਗੋਸ਼ ਪੱਕਦਾ ਹੀ ਹੋਟਲਾ ਤੇ ਪੱਕਦਾ ਹੋਰ ਕੀ ਪੱਕਦਾ ਯਾਰ ਤੂੰ 24 ਘੰਟੇ ਕਿਉਂ ਇਦਾਂ ਪੱਕਿਆ ਰਹਿਣਾ ਕਹ ਯਾਰ ਤੂੰ ਕਿਉਂ 24 ਘੰਟੇ ਤੈਨੂੰ ਅਸੀਂ ਨਜ਼ਰ ਆਉਂਨੇ ਤੂੰ ਇੱਥੇ ਟੁਕਿਆ ਰਹਿਣਾ ਆਹੋ ਅੱਜ ਮੈਂ ਮੇਰਾ ਖਿਆਲ ਆ ਕੋਈ 20 25 ਦਿਨ ਬਾਅਦ ਆਇਆ ਤੇ ਅੱਜ 14 ਅਗਸਤ ਆ ਵੀ ਆਇਆ ਨੂੰ ਮੂੰਹ ਕਰ ਲਿਆ ਨਹੀਂ ਸੀ ਆਉਣਾ ਇਹ ਝੰਡੇ ਬਣੇ ਮੇਰੇ ਇੱਥੇ ਕਿਹੜੇ ਝੰਡੇ ਬਣੇ ਤੇਰੇ ਇਹ ਤੇਰੇ ਬਣਿਆ ਨੇ ਕਿਹੇ ਦਿਨ ਔਰ ਤੇਰੇ ਹਰੇ ਰੰਗ ਦੇ ਨਹੀਂ ਬਣਨੇ ਤੇਰੇ ਲਾਲ ਰੰਗ ਦੇ ਬਣਨੇ ਕਿੰਨੇ ਬਣਾਉਣੇ ਹੈ ਕਿੰਨੇ ਇਸ ਤਰ੍ਹਾਂ ਹੀ ਕਿਹੇ ਦਿਨ ਮੇਰੇ ਕੋਲ ਬਣਾ ਲੈਣੇ ਇੱਕ ਸਾਈਡ ਤੇ ਇਹਨਾਂ ਨੇ ਬਣਾ ਦੇਣਾ ਇੱਕ ਸਾਈਡ ਤੇ ਮੈਂ ਬਣਾ ਦੇਣਾ ਪੇਂਟਰ ਆ ਤੁਸੀਂ ਹੈ ਪੇਂਟਰ ਆ ਕੰਮ ਤੇਰੇ ਪੇਂਟਿੰਗ ਵਾਲੇ ਹੀ ਆ ਕਿ ਕੋਈ ਤੇਰੇ ਮੂੰਹ ਤੇ ਪੇਂਟਿੰਗ ਕਰ ਦਵੇ ਆ ਸਮਝ ਲੱਗੀ ਆ ਕਿ ਨਹੀਂ ਫਜ਼ੂਲ ਸੇਰ ਖਾਨਾ ਸਮਾਨੇ ਦਾ ਫਜ਼ੂਲ ਆਦਮੀ ਤੂੰ ਖੱਟੂ ਆਦਮੀ ਐ ਤੂੰ ਤੈਨੂੰ ਜਦੋਂ ਇਸ ਰੋਡ ਤੇ ਕੋਈ ਕੰਮ ਹੁੰਦਾ ਤੂੰ ਸਾਡੀ ਜਾਨ ਨੂੰ ਖਾਣ ਆ ਜਾਂਦਾ ਰੋਡ ਵਾਵਾ ਚੱਲਦਾ ਹੁਣੇ ਹੈ ਰੋਡ ਉਹ ਤੂੰ ਵੀ ਚੱਲ ਚੱਲ ਰੋਡ ਵਾਵਾ ਚੱਲਦਾ ਕਿਹਾ ਕਿ ਗਾਗੂ ਕੱਜਕੱਲ ਪੈਸੇ ਪੁਸੇ ਤੇ ਵਾਵਾ ਕਮਾ ਰਹੇ ਹੋਣੇ ਤੁਸੀਂ ਹੈ ਖੋਣਿਆ ਤੂੰ ਤੇਰੀ ਕਿਉਂ ਹਰ ਬੰਦੇ ਦੇ ਪੈਸੇ ਨਾਲ ਨਹੀਂ ਗਾ ਰਹਿੰਦੀ ਆ ਤੂੰ ਸਾਡੇ ਕੋਲ ਜਦੋਂ ਉਹਨੇ ਇਹ ਪੁੱਛਦਾ ਤਾਨੂੰ ਕਿਸੇ ਟਾਈਮ ਮਰਾਸੀ ਬਣ ਜਾਣਾ ਕਿਸੇ ਟਾਈਮ ਰਾਣਾ ਬਣ ਜਾਣਾ ਕਿਸੇ ਟਾਈਮ ਮਸਲੇ ਤੂੰ ਇਹਦੀਆਂ ਰਾਣਾ ਰੂਣਾ ਇਹ ਕੋਈ ਨਹੀਂ ਹੈਗਾ ਆ ਪਹਿਲੇ ਮਾਲਕ ਇਹਦੀ ਵਜ੍ਹਾ ਤੋਂ ਆ ਵੇਚ ਗਏ ਅੱਛਾ ਜੀ ਉਦੋਂ ਵੀ ਇੱਕ ਵਾਰੀ ਇਹ ਆਇਆ ਹਾਂ ਇਧਰ ਆ ਛੋਟੇ ਅੱਛਾ ਮੈਂ ਕਿਹਾ ਹਾਂਜੀ ਭਾਜੀ ਹਾਂ ਠੀਕ ਕਹਿੰਦਾ ਵੇਖਦਾ ਕਿਦਾਂ ਲੈ ਲੋ ਕਈ ਯਾਰ ਤੂੰ ਗਾਹ ਕੰਮ ਤੇਰੇ ਹੱਲ ਵੇਖਿਆ ਆਣ ਕੇ ਤੂੰ ਮੈਨੂੰ ਕੁਝ ਦੱਸ ਕੀ ਪੱਕਾ ਐ ਪੱਕਾ ਉਹ ਪੱਕਾ ਇੱਕ ਮਿੰਟ ਖਲੋ ਜਾ ਫੋਨ ਕਰਨ ਲੱਪਿਆ ਮੈਨੂੰ ਕਹਿਣ ਲੱਪਿਆ ਤੂੰ ਵੇਟਰ ਆ ਕੇ ਬਦਮਾਸ਼ ਆ ਅੱਛਾ ਲੈ ਅੱਲਾ ਦੇ ਆ ਬੰਦੇ ਆ ਤੇ ਐਂਟ ਤੇ ਕੀਤਾ ਕੀ ਆ ਇੰਨਾ ਕਿ ਸ਼ੋਰ ਵਾ ਤੇ ਇੱਕ ਰੋਟੀ ਲਿਆ ਦੇ ਲੈ ਆਇਆ ਇੰਜ ਆ ਕੇ ਜਿਵੇਂ ਮਿੱਲਾਂ ਦਾ ਮਾਲਕ ਆ ਤੈਨੂੰ ਪਰਹੇਵੀ ਖਾਣਾ ਦੱਸਿਆ ਕਿਸੇ ਨੇ ਹਕੀਮ ਕੋਲ ਨਾ ਤੂੰ ਪਰਹੇਜ਼ ਹੀ ਖਾਣਾ ਨਹੀਂ ਦੱਸਿਆ ਹਾਂ ਗੱਲਾਂ ਬਾਤਾਂ ਕਰਕੇ ਤਰਲਾ ਖਾਣਾ ਦੱਸਿਆ ਓਏ امی ਬਬਤਾ ਜਿਆ ਹੈਗਾ ਵਾ ਐਡਾ ਤੇਰਾ ਕੱਦ ਦਾ ਤੇਰੀ ਗਿੱਟਿਆਂ ਚ ਅਕਲਾ ਤੈਨੂੰ ਕੋਈ ਸ਼ਰਮ ਹਇਆ ਹੈ ਫੋਨ ਨੰਬਰ ਲਾਲਾ ਮੇਰਾ ਸੱਜੇ ਪ੍ਰੋਫੈਸਰ ਸਾਹਿਬ ਗੱਲ ਇਹ ਆ ਪ੍ਰੋਫੈਸਰ ਕੌਣ ਹੋਟਲ ਤੇ ਬੰਦੇ ਪ੍ਰੋਫੈਸਰ ਹੁੰਦੇ ਐ ਇੱਥੇ ਕੀ ਲੈਪਟਾਪ ਤੇ ਸਾਲਣ ਬਣਾ ਕੇ ਦਿੰਨੇ ਕਮਾਲ ਹੋ ਗਈ ਤੇਰੇ ਵਾਲੀ ਇਹਦੀ ਕੰਪਿਊਟਰ ਤੇ ਹਾਂਡੀਆਂ ਬਗਾਉਨੇ ਕਿਹੜੀ ਗੱਲ ਕਰ ਰਿਹਾ ਕਿਹੜਾ ਪ੍ਰੋਫੈਸਰ ਕੋਈ ਤੂੰ ਵੇਖ ਲਿਆ ਇਹਨਾਂ ਨੇ ਛੋਟੀ ਲੈ ਕੇ ਕਿਹਾ ਹੋਵੇ ਦੇਸ਼ ਕੇ ਨੂੰ ਓਏ ਸਾਲਣ ਮੁੱਕੇ ਨਾ ਹਾਂ ਹੈ ਪ੍ਰੋਫੈਸਰ ਸਾਹਿਬ ਅੱਛਾ ਜਿਹੜੀ ਗੱਲ ਕਰ ਲੋ ਤੁਹਾਡੇ ਕੋਲ ਉਸ ਗੱਲ ਦੀਆਂ ਅੱਗੇ 100 ਗੱਲਾਂ ਨੇ ਤੇਰੇ ਕੋਲ ਇੱਕੋ ਹੀ ਨਹੀਂ ਮੁੱਕਦੀ ਸਾਡੀਆਂ ਤਾਂ 100 ਸ਼ੁਰੂ ਹੋ ਜਾਂਦੀਆਂ ਤੇਰੀ ਇੱਕ ਹੀ ਨਹੀਂ ਮੁੱਕਦੀ ਉਦੋਂ ਦਾ ਸਿਆਪਾ ਪਾ ਕੇ ਗਿਆ ਓਏ ਇੱਕ ਵਾਰੀ ਇੱਥੇ ਆ ਗਿਆ ਕਹਿੰਦਾ ਚਲੋ ਮੈਂ ਤੁਹਾਨੂੰ ਬਾਹਰ ਭੇਜਾਂ ਉੱਥੇ ਲੰਡਨ ਅੱਛਾ ਹੈ ਤੇ ਸਾਰੀ ਗੱਲਬਾਤ ਕਰਕੇ ਐਂਡ ਤੇ ਕੀ ਚੌਲ ਮਾਰੀ ਕਿ ਕਹਿੰਦਾ ਰੁਪਈਆ ਦਿਓ 77 ਲੱਖ ਅਸੀਂ ਕਿਹਾ ਕਾਦਾ ਕਹਿੰਦਾ ਜਾਣਾ ਨਹੀਂ ਤੁਸੀਂ ਜੇ ਸਾਡੇ ਕੋਲ 70 70 ਲੱਖ ਹੋਵੇ ਤੇ ਆ ਇੱਥੇ ਲੋਕਾਂ ਦੇ ਭਾਂਡੇ ਧੋਈਏ ਅਸੀਂ ਨਹੀਂ ਤੇ ਨਹੀਂ ਹੈਗੇ ਤਾਂ ਫੇਰ ਜਾਣਾ ਕਿਉਂ ਆ ਤੁਸੀਂ ਇੱਥੇ ਬੈਠੋ ਆਰਾਮ ਨਾਲ ਇੱਥੇ ਉੱਤੇ ਯਾਰ ਤੂੰ ਕਹਿਣਾ ਕਿਉਂ ਆ ਤੂੰ ਬੈਠਿਆਂ ਨੂੰ ਉਸਕਲ ਕਾਦੀ ਦਿਨਾ ਵਾ ਵੀ ਚਲੋ ਤੁਹਾਨੂੰ ਲੰਡਨ ਲੈ ਜਾਵਾਂ ਐਡਾ ਤੂੰ ਏਜੰਟ ਖਾਸ ਕਰਕੇ ਮੈਨੂੰ ਹੋਰ ਕਿਸੇ ਦਾ ਨਹੀਂ ਪਤਾ ਮੇਰਾ ਫੋਨ ਨੰਬਰ ਲੈ ਲੈ ਜਦੋਂ ਤੂੰ ਇੱਥੇ ਆਉਣਾ ਵਾ ਮੈਨੂੰ ਤੂੰ ਫੋਨ ਕਰ ਦੇਣਾ ਮੈਂ ਉਸ ਦਿਨ ਇੱਥੇ ਕੰਮ ਤੇ ਨਹੀਂ ਆਉਣਾ ਦਿਹਾੜੀ ਤੋੜ ਲਾਂਗਾ ਮੈਂ ਤੇਰੇ ਮੱਥੇ ਨਹੀਂ ਲੱਗਣਾ ਓ ਮੇਰੀ ਗੱਲ ਸੁਣ ਲੈ ਇਸ ਬੰਦੇ ਦੀ خاطر ਹੁਣ ਆਪਣਾ ਕਾਰੋਬਾਰ ਖਰਾਬ ਕਰ ਲਈਏ ਛੱਡ ਪਰਾਂ ਦਫਾ ਕਰ ਅੱਜ ਇਹਦੀ ਕਿਸੇ ਗੱਲ ਦਾ ਜਵਾਬ ਦੇਣਾ ਹੀ ਨਹੀਂ ਉੱਦਫਾ ਕਰੋ ਇੱਧਰ ਆਓ ਮੈਂ ਤੁਹਾਨੂੰ ਹਿਸਾਬ ਗਣਾਵਾ ਇੱਥੇ ਤੇ ਹਟਣਾ ਹੀ ਨਹੀਂ ਹਾਂ ਇਹ ਤਾਂ ਵਿਹਲਾ ਸਿਰ ਖਾਣ ਨੂੰ ਆ ਜਾਂਦਾ ਲਓ ਮੈਂ ਮੈਂ ਬਾਬਾ ਜੀ ਬੜਾ ਠੀਕ ਆ ਐਡੀ ਖidmat ਨਾ ਕਰ ਤੂੰ ਮੇਰੀ ਮੈਂ ਪਵਾਦਾ ਬੜਾ ਮੈਂ ਬੜਾ ਠੀਕ ਆ ਪਵਾਲਾ ਮੈਨੂੰ ਪਤਾ ਨਹੀਂ ਮੈਂ ਖੱਬੇ ਪੈਰ ਚ ਪਾ ਲੈਣਾ ਕੈਸੀ ਗੱਲ ਕਰਦਾ ਤੂੰ ਇਹ ਨਹੀਂ ਵੇਖਦਾ ਵੀ ਅਗਲਾ ਕੋਈ ਕੰਮ ਕਰ ਰਿਆ ਹੋਊਗਾ ਜਾਂ ਅਗਲੇ ਨੂੰ ਕੋਈ ਕੰਮ ਹੋਊਗਾ ਐਵੇਂ ਫਜ਼ੂਲ ਸਿਰ ਖਾਣ ਆ ਜਾਂਦਾ ਓਏ ਆਇਓ ਤੁਸੀਂ ਵੀ ਕੀ ਕਰੀ ਛੜ ਪਰਾਂ ਦਾਵਾ ਕਰ ਯਾਰ ਇਹਨੂੰ ਦੱਸੋ ਕੀ ਪੱਕਾ ਮੈਂ ਜੀ ਇੱਥੇ ਤੁਹਾਡੇ ਕੋ ਮਾਸ਼ਾਅੱਲਾ ਤੁਸੀਂ ਬੜੇ ਸਖੀ ਲੋਗ ਆ ਮੈਂ ਜੀ ਇੱਥੇ ਉਹ ਜੀ ਇੱਕ ਬਰਾਤ ਆ ਜੀ ਉਹ 500 ਬੰਦਾ ਆਣਾ ਉਹ ਯਾਰ ਕੋ ਖਿਆਲ ਕਰ ਉਹ ਬੰਦਾ ਕਿ ਡੰਗਰ ਆ ਉਹ ਦਫਾ ਕਰ ਯਾਰ ਕਿੱਥੋਂ ਬੜਵਾਇਆ ਮੈਂ ਦੱਸ ਭਾਈ ਜਾਨ ਇਹ ਬੋਰਡ ਕਿੱਥੋਂ ਬੜਵਾਇਆ ਹਾਂਜੀ ਐ ਕਿਉਂ ਵੈਸੇ ਹੀ ਪੁੱਛ ਰਿਹਾ ਜਿੱਥੋਂ ਮਰਜ਼ੀ ਬਣਵਾਇਆ ਹੋਵੇ ਤੈਨੂੰ ਕੀ ਤਕਲੀਫ ਆ ਉਦ ਵਾਰ ਗਾਰ ਯਾਰ ਤੂੰ ਫੇਰ ਇਹਦੀ ਗੱਲ ਚ ਆ ਜਾ ਉਹਨੇ ਕੋਈ ਨਾ ਕੋਈ ਗੱਲ ਕਰੀ ਜਾਣੀ ਲੈ ਹੁਣ ਇੱਥੇ ਸੂਈ ਲੱਗ ਗਈ ਆ ਇਹ ਬੰਦਾ ਉਹ ਵਾ ਕਿ ਕਿਸੇ ਬੰਦੇ ਨੂੰ ਸਕੂਨ ਨਾ ਇਹਨੇ ਬਹਿਣ ਨਹੀਂ ਦੇਣਾ ਐ ਤੇ ਤਾਂ ਦਾ ਯਾਰ ਤੂੰ ਲੈ ਕੇ ਰੱਖਣੀ ਆ ਕਿ ਲੈ ਚੜਿਆ ਰਵੇ ਕੰਮ ਇਹ ਸ਼ੈਤਾਨ ਦੀ ਟੂਟੀ ਆ ਕਿ ਉਹ ਸ਼ੈਤਾਨ ਬੰਦਾ ਅਬਲਿਸ ਆ ਇਹ ਇਹ ਐਸੀਆਂ ਹਰਕਤਾਂ ਆਹੋ ਆਹ ਕੌਣ ਆ ਹੁਣ ਇਹਦੇ ਤਵੀਤ ਵੀ ਕਰਕੇ ਦਿੰਨੇ ਆ ਕਿਉਂ ਤੈਨੂੰ ਦੌਰੇ ਪੈਂਦੇ ਆ ਤੂੰ ਟੁਰਦਾ ਟੁਰਦਾ ਡਿਗ ਪੈਣਾ ਤੂੰ ਹੈਂ ਤਵੀਦ ਲਿਖਣਾ ਹੈ ਉਹ ਤਵੀਦ ਨਹੀਂ ਉਹ ਖਾਤੇ ਆਏ ਖਾਤੇ ਆ ਹਿਸਾਬ ਕਰਨ ਦੇ ਆਪਣਾ ਲੋਕਾਂ ਕੋ ਜਿਹੜਾ ਲੈਣਾ ਦੇਣਾ ਉਹ ਲਿਖਣਾ ਨਹੀਂ ਹੁੰਦਾ ਚੇਤਾ ਭੁੱਲ ਜਾਂਦਾ ਬੰਦੇ ਨੂੰ ਲਿਖਿਆ ਹੋਵੇ ਬੰਦੇ ਨੂੰ ਯਾਦ ਹੁੰਦਾ ਕਿ ਕੋਈ ਬਦਾਮ ਬਦੂਮ ਖਾਇਆ ਕਰੋ ਤੁਹਾਨੂੰ ਚੇਤਾ ਰਿਆ ਕਰੇ ਚੇਤਾ ਕੰਨ ਭੁੱਲਦਾ ਤੁਹਾਨੂੰ ਤੁਸੀਂ ਲਿਆ ਦੇਆ ਕਰੇ ਸਾਨੂੰ ਹੈ ਹਕਮਤ ਸਾਰੀ ਖਾ ਤੈਨੂੰ ਲੋੜ ਆ ਬਦਾਮਾਂ ਦੀ ਇਹਨੂੰ ਕਾਦੀ ਲੋੜ ਸਰਦਾਈ ਸਵੇਰੇ ਬਣਾ ਕੇ ਉਹ ਪੀਆ ਕਰੋ ਉਹਦੇ ਨਾਲ ਦਿਮਾਗ ਠੀਕ ਹੁੰਦਾ ਓ ਤੂੰ ਤਾਂ ਪਹਿਲੇ ਸਿਰ ਖਾਣਾ ਨਹੀਂ ਹਟਦਾ ਇਹ ਸਰਦਾਈਆਂ ਘੋਟ ਕੇ ਪੀਤੀਆਂ ਤਾਂ ਫੇਰ ਪਤਾ ਨਹੀਂ ਕੀ ਕਰੇਂਗਾ। ਕਿਹੜੀ ਲੋੜ ਆ ਸਰਦਾਈ ਢੋਲ ਕੇ ਪੀਣ ਦੀ ਸਾਡੇ ਕੋਲ ਸਦਾਈ ਜਿਹਾ ਆ ਜਾਂਦੇ ਆ। ਹਾਂ। ਲੋ ਜੀ ਗੱਲ ਇਹ ਆ। ਕੋਈ ਗੱਲ ਨਹੀਂ। 50 ਗਜ਼ ਰੱਸਾ। ਓਏ 100 ਗਜ਼ ਰੱਸਾ ਹੁੰਦਾ। ਨੇ 50 ਦੀਆਂ ਨੇ ਮੰਜੇ ਦੀਆਂ ਦੁਆਣਾ ਪਾਉਣੀਆਂ ਸਿਆਣੇ ਕਹਿੰਦੇ ਆ 100 ਰਸ ਗੱਸਾ ਦੂਰ ਫਿਟੇ ਮੂੰਹ ਸਾਨੂੰ ਵੀ ਭਲਾਤਾ ਆ ਆ ਕਰਦਾ ਇਹ 50 ਗਾਜ਼ ਰਸਾ 100 ਗਾਜ਼ ਰਸਾ ਤੇ ਸਿਰੇ ਵਿਚਕਾਰ ਗੰਡ ਵਿਚਕਾਰ ਕਿਉਂ ਸਿਰੇ ਤੇ ਆ ਤੇਰੇ ਰਿਆਜ਼ੀ ਤੇ ਲਾਨਤ ਤੇਰਾ ਹਸਾਬ ਕਿਤਾਬ ਹੀ ਪੁੱਠਾ ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕੀ ਪੁੱਛਣਾ ਅੱਗੋਂ ਹੀ ਗੱਲਾਂ ਹਫ਼ਤਾ ਨਹੀਂਆਂ ਜੋੜ ਕੇ ਆ ਜਾਂਦਾ ਤੂੰ ਅੱਜ ਹੈ ਨਹੀਂ ਕੋਲ ਮੇਰੇ ਪੈਸੇ ਹੈ ਪੈਸੇ ਅੱਗੇ ਕਦੋਂ ਹੁੰਦੇ ਤੇਰੇ ਕੋ ਤੈ ਤੁਹਾਡੀ ਮਿਹਰਬਾਨੀ ਹੈ ਮਿਹਰਬਾਨੀ ਆ ਅੱਜ ਖਾਓ ਰੋਟੀ ਕਿਨੂੰ ਤੂੰ ਸਦਾਈਂ ਹੈ ਨਹੀਂ ਤੂੰ ਮਸਤਾ ਤੇਰੀਆਂ ਰਾਣਾ ਚੋਂ ਡਈ ਹੈ ਹੈ ਤੂੰ ਰੋਟੀ ਖਵਾਈਏ ਤੈਨੂੰ ਤੂੰ ਸਾਡੀ ਗੰਡ ਲੈ ਕੇ ਆਇਆ ਤੂੰ ਨਾਈਂ ਹੈ ਤੂੰ ਸਾਡਾ ਹੈ ਤੈਨੂੰ ਰੋਟੀ ਖਵਾਈਏ ਤੈਨੂੰ ਜਮਿਆ ਸੀ ਯਾ ਕੰਮ ਕਰ ਰਿਹਾ ਗਿਆ ਆਪਣਾ ਦੋ ਰੋਟੀਆਂ ਤੇ ਮਾੜੀ ਜੀ ਦਾਲ ਦੇ ਦਿਓ ਬਸ ਇਹਨੂੰ ਯਾਰ ਦੋ ਰੋਟੀਆਂ ਤੇ ਮਾੜੀ ਜੀ ਦਾਲ ਇਨੂੰ ਦੇ ਕੇ ਤੂੰ ਜਾਨ ਛਡਾਉ ਖਦਾ ਦਾ ਨਾਮ ਏ ਸਹੀ ਓ ਸ਼ਰੀਫ ਓ ਦੇ ਦੇ ਇਹਨੂੰ ਯਾਰ ਦੋ ਰੋਟੀਆਂ ਤੇ ਜਿਹੜਾ ਸਾਲਣ ਕੋ ਪੋਰਾ ਕਹਿੰਦੇ ਇਹਨੂੰ ਦੇ ਦੇ ਜਾ ਲੈ ਲੈ ਓ ਸ਼ਰੀਫ ਆ ਬਦਮਾਸ਼ ਲਈ ਦੋ ਰੋਟੀਆਂ ਤੇ ਮਾੜੀ ਜੀ ਦਾਲ ਪਾ ਲਿਆ ਬਦਮਾਸ਼ ਆ ਓ ਤੈਨੂੰ ਕਹਿਣ ਨੇ ਕੀ ਬਦਮਾਸ਼ ਬਦਮਾਸ਼ ਸ਼ਰੀਫ ਬਦਮਾਸ਼ ਫਿਲਮ ਵੇਖੀ ਅੱਛਾ ਜੀ ਇਹਨੇ ਬਕਵਾਸ ਤੋਂ ਇਲਾਵਾ ਕੁਝ ਨਹੀਂ ਵੇਖਿਆ ਯਾਰ ਮੈਂ ਕਹਿੰਦਾ ਵਾਂ ਵੀ ਲੋਕਾਂ ਨੂੰ ਕਰੋ ਯਾਰ ਹੈ ਬੰਦੇ ਅੱਛੇ ਆ ਤੁਸੀਂ ਕਦੋਂ ਇਹਦੀਆਂ ਗੱਲਾਂ ਮਗਰ ਨਾ ਲੱਗੀ ਪਹਿਲੇ ਮਾਲਕ ਨੂੰ ਵੀ ਇਹੀ ਕਹਿੰਦਾ ਰਿਹਾ ਤੁਸੀਂ ਬੰਦੇ ਅੱਛੇ ਆ ਉਹਨੇ ਨੇ ਦਫਾ ਕਰ ਤੋ ਆਪਾਂ ਇਹਦੀ ਗੱਲ ਤੇ ਆ ਇਹ ਕਿ ਨੇਕ ਲੋਕ ਕਦੋਂ ਇਸ ਦੁਨੀਆ ਚ ਆ ਹੁਣ ਇੰਨੇ ਰਹਿ ਗਏ ਆ ਦੇਖੋ ਆ ਹੁਣ ਮੈਂ ਕਿਹਾ ਕੀ ਕਿ ਜੀ ਮੈਂ ਰੋਟੀ ਖਾਣੀ ਹੈ ਆਹੋ ਤੁਸੀਂ ਉਹਨੂੰ ਕਹਿੰਦਾ ਸ਼ਰੀਫ ਨੂੰ ਰੋਟੀ ਖਵਾ ਦੇ ਓਏ ਆਹੋ ਤੇ ਫਿਰ ਹੋਟਲ ਕਾ ਦੇ ਲਈ ਬਣਾਇਆ ਵਾ ਇੱਕ ਅੱਦਾ ਬੰਦਾ ਨਾ ਵੀ ਪੈਸੇ ਦੇਊਗਾ ਤੇ ਕੀ ਹੋਣ ਲੱਗਾ ਸਾਰਿਆਂ ਨੂੰ ਇੰਜ ਹੀ ਕਿਉਂ ਸਾਰਿਆਂ ਨੂੰ ਕਿਉਂ ਸਾਰਿਆਂ ਨੂੰ ਕਹਦੇ ਲਈ ਕੋਈ ਹੋਇਆ ਇੱਕ ਅੰਧਾ ਵਿਚੋਂ ਕਿ ਸਾਰੇ ਹੀ ਆ ਲੇਬਰ ਨੂੰ ਤਨਖਾਹ ਕਿੱਥੋਂ ਦੇਣੀ ਹੈ ਬਿਜਲੀ ਦਾ ਬਿੱਲ ਕਹਿੰਨੇ ਦੇਣਾ ਆ ਸਾਮਾਨ ਜਿਹੜਾ ਮਤਲਬ ਉਹ ਇੱਥੇ ਲਿਆਈਦਾ ਆ ਸਬਜ਼ੀ ਆਉਂਦੀ ਗੋਸ਼ਤ ਹੁੰਦਾ ਆ ਆਟਾ ਹੁੰਦਾ ਘਿਓ ਹੁੰਦਾ ਉਹ ਪੈਸੇ ਕਿੱਥੋਂ ਦੇਣੇ ਅਸੀਂ ਅੱਬੂ ਵੀ ਹੁੰਦਾ ਤੁਹਾਡਾ ਇੱਥੇ ਕਿ ਨਹੀਂ ਹੁੰਦਾ ਤੈਨੂੰ ਮੇਰੇ ਅੱਬੂ ਨਾਲ ਕੀ ਕੰਮ ਆ ਬਈ ਉਹੀ ਸਾਮਾਨ ਲੈ ਕੇ ਆਉਂਦਾ ਹੈ ਕਦੀ ਦੇਖਿਆ ਨਹੀਂ ਕੀ ਨੂੰ ਅੱਬੂ ਅੱਬੂ ਨਹੀਂ ਆਉਂਦੇ ਮੇਰੇ ਇੱਥੇ ਕਿਉਂ ਕੀ ਤੂੰ ਸ਼ਿਕਾਇਤ ਲਾਉਣੀ ਮੇਰੀ ਕੋਈ ਤੇਰੇ ਅੱਬੂ ਵਹ ਕਿੱਥੇ ਹੁੰਦੇ ਆ ਜਾਣਾ ਹਾਂ ਮੇਰੇ ਅੱਬੂ ਕੋਲ ਹਾਂ ਤੂੰ ਦੋਨੋਂ ਨਾ ਜਾਣਾ ਹਾਂ ਫਿਰ ਫੋਟੋ ਜੋ ਫੋਟੋ ਲੈਣਾ ਦੋਨੇ ਚਲੇ ਚੱਲੀ ਅਸੀਂ ਨਹੀਂ ਤੁਸੀਂ ਹੋ ਇਹਨੂੰ ਨਾਲ ਲੈ ਜਾ ਮੈਂ ਕੋ ਜਾਵਾਂ ਮੇਰਾ ਦਵਾ ਸलाम ਕਹਿ ਦਿਓ ਬਜ਼ੁਰਗਾਂ ਨੂੰ ਐਡਾ ਕਿਹੜਾ ਵੀ ਉੱਥੇ ਕੋਈ ਦਰਬਾਰ ਆ ਵੀ ਮੈਂ ਜਾ ਕੇ ਸलाम ਦੁਆ ਕਰਾਂ ਉੱਥੇ ਬਸ ਠੀਕ ਆ ਤੈਨੂੰ ਬਹੁਤ ਸ਼ੌਕ ਹੈ ਮੇਰੇ ਅੱਬੂ ਨੂੰ ਮਿਲਣ ਦਾ ਨਾ ਨਹੀਂ ਹਾਂ ਮੈਨੂੰ ਤਾਂ ਤੈਨੂੰ ਨੀ ਸ਼ੌਕ ਹੈਗਾ ਮੇਰਾ ਮਿਲਣ ਦਾ ਆ ਤੂੰ ਧੱਕੇ ਨਾਲ ਆਣ ਕੇ ਸਾਡੇ ਨਾਲ ਵਾਧਾ ਬੂਦਾ ਪਾ ਲੈਣਾ ਆ ਹੀ ਨਹੀਂ ਰੋਟੀ ਲੈ ਓਏ ਆ ਜਾਂਦੀ ਆ ਦੇ ਦੇ ਯਾਰ ਇਹਨੂੰ ਦੋ ਰੋਟੀਆਂ ਤੋਂ ਪੋਰਾ ਸਾਲਣ ਪਾ ਦੇ ਲਿਆ ਦੇ ਛੇਤੀ ਇਹਨੂੰ ਰੋਟੀ ਓਏ ਆ ਪੈਸੇ ਬਾਕੀ ਵੀ ਲਗੂ ਲਾ ਆਓ ਜੀ ਬismillah bismillah ਨਾਲ ਦੋਸਤ ਆਈ ਰਹੇ ਆਜੋ ਕੀ ਹਾਲ ਚਾਲ ਹੈ ਜੀ ਤਬੀਰ ਠੀਕ ਹੈ ਜੀ ਸਭ ਖਰੀਅਤ ਹੈ ਜੀ ਕਿੱਧਰ ਫਿਰਨ ਆਏ ਇਹਨੂੰ ਵੀ ਬੰਦੇ ਜਾਣਦੇ ਆ ਕੀ ਹਾਲ ਹੈ ਜੀ ਠੀਕ ਹੋ ਆਜੋ 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 ਆਓ ਜੀ ਬਾਬਾ ਜੀ ਆਓ ਜੀ ਆਓ ਜੀ ਆਓ ਜੀ ਬismillah ਜੀ ਬismillah ਆਜੋ ਦੋਸਤ ਨੇ ਆਪਣੇ ਅੱਛਾ ਤੇ ਫੇਰ ਆ ਜੀ ਆਓ ਜੀ ਬismillah ਜੀ ਬismillah ਤੇ ਰੋਟੀ ਪਾਣੀ ਖਾਣੀ ਰੋਟੀ ਇਹ ਪਲੇਟਾਂ ਉਹਨਾਂ ਨੂੰ ਕਹਣਾ 12 ਕਰ ਦੇਣ ਦਾਲ ਦੀਆਂ ਤੇ ਰੋਟੀਆਂ 50 ਕ ਲਾ ਦੇਣ ਦੋਸਤ ਆਏ ਨੇ ਮੇਰੇ ਨਾਲ ਸਾਲਣ ਮੁੱਕ ਗਿਆ ਵਾ ਹੋਟਲ ਬੰਦ ਮਤਲਬ ਛੁੱਟੀ ਕਾਦੀ ਉਹ ਭਾਈ ਇਹ ਨਾ ਸਾਲਣੀਆਂ ਨਹੀਂ ਉਹ ਤਾਂ ਸਿਰਫ ਅਸੀਂ ਆਪਣੇ ਜੋ ਘਰ ਰੱਖਿਆ ਜਿਹੜਾ ਤੈਨੂੰ ਦੇਣਾ ਅਸੀਂ 2 ਮਿੰਟ ਇਥੇ ਲੱਕ ਸਿੱਧਾ ਕਰ ਲੈਣਾ ਤੁਸੀਂ ਬਣਾ ਲਓ ਸਾਲਣਾਂ ਦਾ ਕਿਹੜਾ ਲੱਕ ਤੈਨੂੰ ਕੋੜੇ ਵਜੇ ਆ ਕਿ ਤੂੰ ਲੱਕ ਇਥੇ ਸਿੱਧਾ ਕਰਨਾ ਓਏ ਤੂੰ ਲੱਕ ਲੱਕ ਸਾਨੂੰ ਦੁਖੀ ਕੀਤਾ ਜਿਹੜਾ ਲੱਕ ਸਿੱਧਾ ਕਰ ਰਹੇ ਆ ਤੂੰ ਸਾਡੀ ਤੇ ਬੈੱਡ ਲੱਕ ਆ ਕਿ ਤੂੰ ਗੱਲ ਤੇਰੀ ਹੋਈ ਵੀ ਦੋ ਰੋਟੀਆਂ ਤੇ ਭੋਰਾ ਸਾਲਣ ਤੇ ਆ 14 ਬੰਦੇ ਕਾਦੇ ਲਈ ਨਾਲ ਲਈ ਫਿਰਦਾ ਨਹੀਂ ਨਹੀਂ ਨਾਲ ਨਹੀਂ ਲਈ ਫਿਰਦਾ ਉਹ ਤਾਂ ਇਥੋਂ ਲੰਘਣ ਦੇ ਸੀ ਤੁਸੀਂ ਲੰਘਣ ਦੇ ਸੀ ਇਥੋਂ ਹਾਂਜੀ ਹਾਂਜੀ ਮੈਨੂੰ ਇੱਕ ਆਇਆ ਓਏ ਕੋੜ ਆ ਗਿਆ ਜੇ ਆਦੀ ਬਾਬਾ ਜੀ ਆਜੋ ਕੀ ਖਾਣਾ ਹੈ ਕੀ ਖਾਣਾ ਕੀ ਮਤਲਬ ਓਏ ਐਦਾਂ ਕਰੋ ਇਸ ਮੁੰਡੇ ਵਾਸਤੇ ਮੁਰਗੇ ਦੀ ਇੱਕ ਪਲੇਟ ਕਰ ਦਿਓ ਕਿਉਂ ਕੀ ਗੱਲ ਹੈ ਇਹਨੂੰ ਸਵੇਰੇ ਫਾਂਸੀ ਹੈ ਇਹਨੂੰ ਜ਼ਰੂਰੀ ਆ ਮੁਰਗਾ ਆਹੋ ਉਹ ਵੀ ਦੇ ਇਹਨੂੰ ਕਾਦ ਲਈ ਇੱਥੋਂ ਜਾਂਦੇ ਜਾਂਦੇ ਲੰਘ ਉੱਥੇ ਸਵੇਰੇ ਪਾਣੀ ਪੀਣ ਕੋਲ ਸਵੇਰੇ ਕਿ ਚਿਹਰੀਆਂ ਬਿਆਨ ਆ ਕੋਈ ਕਿ ਇਹਨੇ ਮੁਰਗਾ ਖਾ ਕੇ ਜੱਜ ਸਾਹਮਣੇ ਪੇਜ ਆ ਕਬੋ ਮੁੰਡੇ ਨੂੰ ਤੇਰਾ ਕੀ ਕਹੀਏ ਮੁੰਡੇ ਨੂੰ ਰੋਟੀ ਦਾ ਓਏ ਜਿਹੜੀ ਪਹਿਲੇ ਕਹੀ ਉਹ ਵੀ ਨਹੀਂ ਲਿਆਉਣੀ ਆ ਬੰਦ ਨਹੀਂ ਨਹੀਂ ਯਾਰ ਮੇਰੇ ਦੋਸਤ ਆ ਇਹਨਾਂ ਤੇ ਤੇਰੇ ਦੋਸਤ ਆ ਇਹਨਾਂ ਨੂੰ ਘਰ ਲੈ ਕੇ ਜਾ ਆਹੋ ਜਾਓ ਐ ਤੁਸੀਂ ਮੇਰੇ ਦੋਸਤ ਨਹੀਂ ਤੁਸੀਂ ਨਹੀਂ ਅਸੀਂ ਨਹੀਂ ਤੇਰੇ ਦੋਸਤ ਹੈ ਜਿਵੇਂ ਆ ਮਰ ਗਿਆ ਤੂੰ ਇਹਨਾਂ ਕੋਲੋਂ ਦੁਆ ਕਰਾਉਣ ਨੂੰ ਤੈਨੂੰ ਬੁਲਾਇਆ ਮੈਂ ਓਏ ਕੀ ਕੌਣ ਮਰ ਗਿਆ ਓ ਯਾਰ ਕੱਲ ਹੀ ਬੰਦੇ ਇਕੱਠੇ ਕਰੀ ਜਾਂਦੇ ਆ ਇੱਥੇ ਉਹ ਬੰਦੇ ਮਰ ਗਿਆ ਕਿ ਇਹਨੂੰ ਕਹਿਣ ਦੇ ਆ ਤੂੰ ਤੈਨੂੰ ਕੋਈ ਹੈ ਸ਼ਰਮ ਆਪਣੀ ਗੱਲ ਵੀ ਮੇਰੇ ਤੇ ਪਾ ਦੇਣਾ ਤੂੰ ਤੂੰ ਰਾਣਾ ਤੇਰੀ ਬੜੀ ਮਿਹਰਬਾਨੀ ਆ ਤੂੰ ਕਿਉਂ ਮੇਰੀ ਲੇਟ ਹੋ ਰਹੀ ਔਰ ਵੇਖੋ ਨੇ ਆਉਂਦੀਆਂ ਹਾਂ ਇੱਕ ਕਿਹਾ ਕਿ ਦੋ ਰੋਟੀਆਂ ਦੋ ਰੋਟੀਆਂ ਤੇ ਥੋੜੀ ਜੀ ਦਾਲ ਦੇ ਦਿਓ ਤੇ ਮੱਲਾ ਨਾਲ ਪੂਰਾ ਲਈ ਫਿਰ ਉਏ ਤੇ ਬੰਦੇ ਵਿਹਲੇ ਇੱਥੇ ਇਹਨਾਂ ਦੀ ਨਹੀਂ ਨਹੀਂ ਮੈਂ ਇਹ ਮੈਂ ਤਾਂ ਤੁਹਾਡੇ ਕੋ ਆ ਕੇ ਬੈਠਾ ਨਾ ਆਹੋ ਤੇ ਪਿੱਛੇ ਇਹਨਾਂ ਨੂੰ ਕਹਿ ਕੇ ਆਇਆ ਸੀ ਦੱਸ ਹੈ ਕਿ ਆਜੋ ਉੱਥੇ ਫਰੀ ਰੋਟੀ ਖਵਾਉਂਦੇ ਆ ਆ ਬशीर ਆ ਜੱਗ ਪਾਣੀ ਲਿਖਿਆ ਉਹ ਮੱਖਣ ਹੋਟਲ ਲਿਖਿਆ ਇੱਥੇ ਮਸਤ ਹੋਟਲ ਨਹੀਂ ਲਿਖਿਆ ਹਾਂ ਕਿ ਆਣ ਕੇ ਇੱਥੇ ਕੰਮ ਪਾਉ ਤੇ ਨਿਕਲ ਜਾਓ ਮਸਾਲਾ ਉਹਨੂੰ ਕਹਿੰਦਾ ਜ਼ਿਆਦਾ ਰੱਖ ਮਸਾਲਾ ਇੰਜ ਦਾ ਰੱਖੀ ਇਹਨਾਂ ਨੂੰ 60 65 ਉਹ ਹੁਣ ਤੂੰ ਅੱਗੇ ਸਮਝ ਜਾ ਉਹ ਰਹਿਣ ਦੇ ਨਾ ਰੋਟੀ ਦੇਣੀ ਕਾਹਦੇ ਲਈ ਆ ਉਹ ਜਾਓ ਭਾਈ ਮੇਰੇ ਰੋਟੀਆਂ ਜਿਹੜਾ ਲਾਲ ਕਰਕੇ ਲੈਣਾ ਰੋਟੀਆਂ ਲਾਲ ਕਰਕੇ ਉੱਥੋਂ ਚੁਮਟਾ ਵੀ ਤੱਤਾ ਕਰਕੇ ਲਿਆ ਉਹ ਮੇਰੀ ਗੱਲ ਸੁਣ ਉਹ ਤੇਰੇ ਲੱਕ ਤੇ ਲਾਉਣਾ ਓਏ ਸਲਾਮ ਇਹ ਕੋਈ ਸਲਾਨੀ ਐ ਇਥੇ ਦਸਤਰਖਾਨ ਅਸੀਂ ਮੁਫਤ ਰੋਟੀ ਇੱਥੇ ਦਿੰਦੇ ਤੋ ਆ ਯਾਰ ਇਹ ਤੇ ਬੰਦਾ ਹੈ ਹੀ ਇਦਾਂ ਦਾ ਤੁਹਾਨੂੰ ਕੋਈ ਸ਼ਰਮ ਨਹੀਂ ਆ ਕੋਈ ਨਹੀਂ ਤੁਸੀਂ ਕਿਹਦੇ ਨਾਲ ਫਿਰਦੇ ਹੋ ਤੁਸੀਂ ਬੰਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਸਿਆਣੇ ਬੰਦੇ ਆ ਇਹਦੀ ਗੱਲ ਮਗਰ ਲੱਗੇ ਆ ਤੂੰ ਇਹ ਤੇ ਜ਼ਮਾਨੇ ਦਾ ਆਖਰੀ ਢੀਠ ਇਨਸਾਨ ਆ ਇਹਨੂੰ ਤੇ ਲੱਥੀ ਚੜੀਦੀ ਹੈ ਹੈ ਨਹੀਂ ਆ ਵੇ ਬੈਠਾ ਐਂਜਿਵੇਂ ਹੋਟਲ ਦਾ ਮਾਲ ਲੱਗੇ ਆ ਮੈਂ ਤੁਹਾਨੂੰ ਕਹੀ ਜਾਂਦਾ ਆਜੋ ਆਜੋ ਕੀ ਖਾਣਾ ਤੂੰ ਕੀ ਖਾਣਾ ਤੂੰ ਕੀ ਖਾਣਾ ਏਡਾ ਤੂੰ ਕਿਤੇ ਕੀ ਖਾਣਾ ਤੇ ਕੀ ਖਾਣਾ ਉੱਠ ਤੋ ਚੱਲ ਇੱਥੋਂ ਜਾ ਇੱਥੋਂ ਸ਼ਾਹ salad ਦਾ ਕਹ ਦੇਣਾ salad salad ਕਿਹੜੀ ਕਹਿੰਦੇ salad ਪੜਦੇ ਆ ਚੱਲ ਉੱਠੇ ਤੋ ਕਿਹੜਾ salad ਤੇਰੇ ਲਈ ਉਹ ਜੇ ਨਵਾ ਖੀਰਾ ਕੱਟ ਕੇ ਦਵਾ ਦਿੰਦਾ ਮੈਂ ਬੱਤ ਤੈਨੂੰ ਕਹਿਣਾ ਉੱਠ ਜਾ ਇੱਥੋਂ ਤੂੰ ਨੱਕ ਨਾ ਸੁਣਨਾ ਉੱਠ ਅੱਜ ਤੋਂ ਬਾਅਦ ਇੱਥੇ ਨਾ ਆਈ ਚਲੋ ਤੁਸੀਂ ਵੀ ਉਠੋ ਉਹ ਜਦੋਂ ਜਾ ਮੇਰਾ ਵੀਰ ਯਾਰ ਉੱਠੀ ਤੈਨੂੰ ਕੋਈ ਨਹੀਂ ਖਿਆਲ ਕੀ ਉਹ ਚਲੋ ਕੋਈ ਨਹੀਂ ਯਾਰ ਇਹਨਾਂ ਦੇ ਬਚਾਰੇ ਇਹ ਤਾਂ ਬਚਾਰੇ ਭੋਲੇ ਬਣੇ ਆ ਇਹਨਾਂ ਦੇ ਬਚਾਰੇ ਬਣ ਕੇ ਆ ਇਹਨਾਂ ਦੇ ਬਚਾਰੇ ਸ਼ਹਿਦਾਂ ਦੀ ਟੁੱਟੀ ਯਾਰ ਮੇਰਾ ਵੀਰ ਆ ਉਠੋ ਇਹਦੇ ਨਾਲ ਜਿੰਨੇ ਆਉਣਾ ਉਹਨੂੰ ਅਸੀਂ ਵਿਸਤ ਕਰਾਂਗੇ ਬੜਾ ਚਲੋ ਚਲੋ ਆ ਆ ਗਿਆ ਜੀ ਇੱਕ ਬਾਰ ਖਬਰਦਾਰ ਰੱਖ ਦੇਣਾ ਆਇਆ ਤੂੰ ਵੀ ਆਇਆ ਤੂੰ ਵੀ ਤੇਰੇ ਤਾਂ ਇਹਦਾ ਹੋਟਲ ਆ ਦੱਸ ਪੱਕਾ ਕੀ ਕੀ ਪੈਸਾ ਕੋਈ ਨਹੀਂ ਓਏ ਤੇ ਪੱਕਾ ਖਾਣੀ ਐ ਪੱਕਾ ਠੜਾ ਪੱਕਾ ਵਾ ਆ ਪਿਲਰ ਪੱਕੇ ਆ ਗਾਰਡਰ ਪੱਕੇ ਆ ਸਾਰਾ ਫਰਸ਼ ਪੱਕਾ ਔਰ ਸੜਕ ਜਿਹੜੀ ਜਾਂਦੀ ਉਹ ਵੀ ਪੱਕੀ ਆ ਤੇ ਜਿਹੜੀ ਗੱਡੀ ਚ ਵਜਣਾ ਉਹਦੀ ਫਰੰਟ ਵੀ ਪੱਕੀ ਆ ਆ ਯਾ ਕედა ਮਗਰੋਂ ਲੱਥ ਹੈ ਪਾਗਲ ਆ ਯਾਰ ਓਏ ਇਹੋ ਅਸੀਂ ਪਾਗਲ ਨਹੀਂ ਆ ਅਸੀਂ ਪਾਗਲ ਆ ਤੁਸੀਂ ਜਾਓ ਡੀਪੀਓ ਸਾਹਿਬ ਚਲੋ ਅੱਲਾ ਦੇ ਹਵਾਲੇ ਚਲੋ ਸ਼ਾਬਾਸ਼ ਨਹੀਂ ਦੋਸਤ ਆ ਮੇਰੇ ਹੱਲੇ ਹੋਰ ਵੀ ਖੜੇ ਸੀਗੇ ਹੈ ਇਹਨਾਂ ਨੂੰ ਲੈ ਜਾ ਬੈਠਕ ਆਪਣੀ ਜੇ ਇੱਥੇ ਤੇਰੇ ਦੋਸਤ ਖੜੇ ਸੀ ਅਸੀਂ ਇੱਥੇ ਬਾਂਦਰ ਨਾਲ ਚੌਂ ਰਹੇ ਆ ਹੈ ਚੱਲ ਜਾ ਆਪਣਾ ਕੰਮ ਕਰ ਜਾ ਕੇ ਤੇਰਾ ਆਪਣਾ ਆ ਬਾਂਦਰ ਆ ਹੈ ਕਿਨੂੰ ਕਹਿਣ ਦੇ ਆ ਤਮਾਸ਼ਾ ਕਰਨ ਦੇ ਆ ਉਹ ਕਿਹੜਾ ਤਮਾਸ਼ਾ ਨਾ ਨਾ ਨਹੀਂ ਕਿਹਾ ਕਿ ਕੌਲੀ ਕੌਲੀ ਆਟੇ ਦੀ ਲੈ ਕੇ ਆਓ ਹੈ ਚੱਲ ਜਾ ਆਪਣਾ ਕੰਮ ਕਰ ਜਾ ਕੇ ਆ ਜਾਣਾ ਤੂੰ ਐਵੇਂ ਹੀ ਪਤਾ ਨਹੀਂ ਕਿੱਥੋਂ ਪੈਂਟ ਪੁੰਡ ਤੇ ਤੰਗ ਜੀਆਂ ਸ਼ਲਟਾ ਪਾ ਗਿਆ ਨੂੰ ਫਿਰਦਾ ਰਹਿੰਦਾ ਹੈ ਉਹ ਡੋਰਾ ਤੂੰ ਬੋਲਾ ਸੁਣਦਾ ਨਹੀਂ ਤੈਨੂੰ ਇੱਥੇ ਆ ਇੱਥੇ ਜੱਗ ਪਾਣੀ ਦਾ ਡੋਲੇ ਦੇ ਤੇ ਇੱਕ ਜਿਹੜੇ ਗਰੀਬ ਨੂੰ ਰੋਟੀ ਨਹੀਂ ਨਾ ਖਾਣੀ ਤੁਹਾਡੇ ਬੇੜੇ ਕਰ ਕੀ ਹੋਣੇ ਅੱਛਾ ਜੀ ਲੈ ਤੇ ਜਿਨ੍ਹਾਂ ਨੇ ਇਦਾਂ ਆ ਕੇ ਸਤਾਉਣਾ ਵਾ ਉਹ ਉਹਨਾਂ ਨੂੰ ਅੱਲਾ ਨੇ ਰੱਖਣਾ ਬੈਠ ਜਾ ਕੇ ਕਰੋ ਸਾਹਿਬ ਉੱਥੇ ਕਰ ਲੈਣੇ ਕਰੋ 5-5 ਰੁਪਏ ਦਾ ਸਾਹਿਬ ਕਰ ਲੈਣੇ ਸਾਹਿਬ ਓ ਅਸੀਂ ਕਿ ਸਲੈਂਟੀ ਦਿੰਨੇ ਆ ਪਲੇਟ ਚ ਪਾ ਕੇ ਹਾਂ 5-5 ਰੁਪਏ ਦਾ ਹਿਸਾਬ ਪਾਗਲ ਪਾਗਲ ਤੂੰ ਤੇਰਾ ਖਾਨਦਾਨ ਪਾਗਲ ਆ 10-15 ਬੰਦੇ ਮੇਰੇ ਨਾਲ ਨੇ ਉਹਨਾਂ ਨੂੰ ਤਾਂ ਰੋਟੀ ਤੇ ਤੁਹਾਡੇ ਕੋ ਖੁਆਈ ਨਹੀਂ ਗਈ ਐਡੇ ਤੁਸੀਂ ਰਾਠ ਨਹੀਂ ਜੀ ਸਾਡੇ ਕੋ ਨਹੀਂ ਖੁਆਈ ਜਾਂਦੀ ਤੇ ਤੂੰ ਕਦੋਂ ਇੱਥੇ ਲਿਆ ਕੇ ਡਾਲਰ ਸਾਨੂੰ ਦੇਣ ਦੇ ਆਵਾ ਵੀ ਇਹਨਾਂ ਨੂੰ ਰੋਟੀ ਖਵਾਓ ਡਾਲਰ ਇਹ ਕਿੱਥੇ ਹੈ ਜੋਹਾਨਸਬਰਗ ਚਾਤਾ ਡਾਟ ਕਿਹੜਾ ਜੋਹਾਨਸਬਰਗ ਬੜੇ ਬੜੇ ਰੱਟੇ ਲਾ ਕੇ ਆ ਜਾ ਨਾ ਤੂੰ ਮੈਂ ਡਾਲਰ ਦਵਾ ਡਾਲਰ ਇੱਥੇ ਦਵਾ ਡਾਲਰ ਤੇਰੇ ਕੋਲ ਹੈ ਹੀ ਕੱਖ ਨਹੀਂ ਗਾ ਤੇਰੇ ਕੋਲ ਨੱਕ ਪੁੰਜਣ ਲਈ ਰਮਾਲ ਨਹੀਂ ਹੈਗਾ ਡਾਲਰ ਗੱਲਾਂ ਕਰਦਾ ਤੂੰ ਓਵੇਂ ਵਜਾ ਨੂੰ ਚਲੋ ਚਲੋ ਵੇਚੋ 5-5 ਰੁਪਏ ਦਾ ਸਾਲਣ ਰੋਟੀ ਕਿੰਨਾ ਰੁਪਏ ਦਾ ਸਾਲਣ 5 ਰੁਪਏ ਦੀ ਚਟਣੀ ਨਹੀਂ ਆਉਂਦੀ ਗੱਲਾਂ ਕਰ ਰਿਹਾ ਤੂੰ ਖਬਰਦਾਰ ਜੀ ਅੱਜ ਤੋਂ ਬਾਅਦ ਤੂੰ ਇੱਥੇ ਵੜਿਆ ਤੇ ਗੱਲਾਂ ਬਹੁਤ ਕਰਦਾ ਤੂੰ ਦਵਾ ਜਾ ਤੂੰ